ਡੀਅਰ ਪਲੱਸ 1 ਸਟੂਡੈਂਟਸ लेट्स ਰੀਡ ਯੋਰ ਨੈਕਸਟ ਚੈਪਟਰ ਦਾ ਨੇਮ ਆਫ ਦਾ ਚੈਪਟਰ ਇਜ਼ ਅ ਪ੍ਰੈਜ਼ੀਡੈਂਟ ਸਪੀਕਸ ਬੇਟੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੈਜ਼ੀਡੈਂਟ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਇਹ ਜਿਹੜਾ ਤੁਹਾਨੂੰ ਲੈਸਨ ਲੱਗਿਆ ਫ্রম ਯੋਰ ਟੈਕਸਟ ਬੁੱਕ ਐ ਪਨੋਰਮਾ ਆਫ ਲਾਈਫ ਇਹਦੇ ਵਿੱਚ ਇਹ ਚੈਪਟਰ ਤੁਹਾਡਾ ਹੈਗਾ 5th 5th ਚੈਪਟਰ ਜਿਹੜਾ ਹੈਗਾ ਦਿਸ ਇਜ਼ ਅ ਸਪੀਚ ਇਹ ਉਹ ਸਪੀਚ ਹੈ ਜਿਹੜੀ ਕਿ ਰਾਸ਼ਟਰਪਤੀ ਅਬਦੁਲ ਕਲਾਮ ਨੇ ਹైదరాబాద్ ਚ ਦਿੱਤੀ ਸੀ ਇਹ ਜਿਹੜੀ ਸਪੀਚ ਹੈ ਇਹ ਬੜੀ ਥਾਟ ਇੰਡਕਟਿਵ ਹੈ ਥਾਟ ਇੰਡਕਟਿਵ ਦਾ ਮਤਲਬ ਹੈ ਬੱਚੋ ਗੰਭੀਰ ਢੰਗ ਨਾਲ ਸੋਚਣ ਵਾਲੀ ਇਹ ਸਪੀਚ ਹੈ ਇੰਨੀ मीनिंगफुल ਆ ਇਸ ਕਰਕੇ ਤੁਹਾਡੇ ਸਿਲੇਬਸ ਦਾ ਹਿੱਸਾ ਬਣੀ ਆ ਇਹਦੇ ਵਿੱਚ ਸੈਲਫ ਇਨਟਰੋਸਪੈਕਸ਼ਨ ਤੇ ਬਹੁਤ ਜ਼ੋਰ ਦਿੱਤਾ ਕਿ ਇਹ ਲੈਸਨ ਪੜ੍ਹ ਕੇ ਇਹ ਸਪੀਚ ਸੁਣ ਕੇ ਤੁਸੀਂ ਆਤਮ ਚਿੰਤਨ ਕਰਨਾ ਹੈ ਕਿ ਤੁਸੀਂ ਕਿੱਥੇ ਖੜੇ ਹੋ ਤੇ ਹੋਰ ਇਸ ਚੈਪਟਰ ਦੇ ਵਿੱਚ ਜਿਹੜਾ ਹੈਗਾ ਨਾ ਖਾਸ ਗੱਲ ਕੀ ਹੈ ਇਟ ਪ੍ਰਿਕਸ ਟੂ ਕੰਸ਼ੀਅਸ ਬਿਤੇ ਕੰਸ਼ੀਅਸ ਹੁੰਦੀ ਤੁਹਾਡੀ ਆਤਮਾ ਇਹ ਪਾਰ ਤੁਹਾਡੀ ਆਤਮਾ ਨੂੰ ਝੰਜੋੜੇਗਾ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਐਦਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਤੁਸੀਂ ਸੋਚੋਗੇ ਅਸੀਂ ਕੀ ਕਰਦੇ ਹਾਂ ਅਸੀਂ ਵਾਕਿਆ ਹੀ ਉਹ ਗੱਲਾਂ ਸਾਡੀ ਜ਼ਿੰਦਗੀ ਦਾ ਸਾਡੇ ਹਿੰਦੁਸਤਾਨ ਦੇ ਲੋਕਾਂ ਦਾ 파ਟ ਹੈ ਅਸੀਂ ਪਹਿਲਾਂ ਇਹਦੀ ਸ਼ਾਰਟ ਰੀਡਿੰਗ ਲਵਾਂਗੇ ਉਸ ਤੋਂ ਬਾਅਦ ਇਹਦੇ ਜਿਹੜੇ ਕੁਐਸਚਨ ਆਨਸਰ ਛੋਟੇ ਆ ਉਹ ਤੁਹਾਨੂੰ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਮੈਚਿੰਗ ਕਾਲਮ ਵੀ ਕਰਾਵਾਂਗੇ ਤਾਂ ਕਿ ਤੁਹਾਡਾ ਲੈਸਨ ਜਿਹੜਾ ਨਾ ਕੰਪਲੀਟ ਹੋ ਜਾਵੇ ਬੇਟੇ ਪਹਿਲਾਂ ਮੈਂ ਅਬਦੁਲ ਕਲਾਮ ਹੋਂ ਬਾਰੇ ਦੱਸਾਂਗੀ ਕਿ ਇਹਨਾਂ ਨੂੰ 1997 ਦੇ ਵਿੱਚ ਭਾਰਤ ਰਤਨ ਅਵਾਰਡ ਮਿਲਿਆ ਸੀ ਜਿਹੜਾ ਕਿ ਹਾਈਐਸਟ ਸਿਵਲ ਆਨਰ ਦਾ ਅਵਾਰਡ ਹੈਗਾ ਸਾਡੇ ਮੁਲਕ ਦਾ ਇਹਨਾਂ ਨੂੰ ਮਿਲਿਆ ਸੀ ਤੇ ਇਹਨਾਂ ਨੇ ਬਹੁਤ ਸਾਦੀ ਜ਼ਿੰਦਗੀ ਜੀਵੀ ਇੱਕ ਮਸ਼ੇਰੇ ਦਾ ਪੁੱਤਰ ਸੀ ਜਿਹੜਾ ਕਿ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਿਆ ਇਹਨਾਂ ਨੂੰ ਮਿਜ਼ਾਈਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਇਹ ਸਕਾਲਰ ਵੀ ਸਨ ਤੇ ਇਹ ਸਾਇੰਟਿਸਟ ਵੀ ਸਨ ਤੇ ਬੇਟੇ ਇਹ ਬੜਾਈ ਵਧੀਆ ਚੈਪਟਰ ਬੜਾ ਵਧੀਆ ਸਪੀਚ ਹੈ ਜਿਹੜੀ ਉਹਨਾਂ ਨੇ ਹਾਈਦਰਾਬਾਦ ਚ ਡਿਲੀਵਰ ਕੀਤੀ ਸੀ ਤੇ ਅਸੀਂ ਸਪੀਚ ਮੈਂ ਥੋੜੀ ਥੋੜੀ ਟਰਾਂਸਲੇਸ਼ਨ ਵੀ ਕਰਾਂਗੇ ਹਾਨੂੰ ਪੜ੍ਹਾ ਵੀ ਦਵਾਂਗੀ ਸਾਰਾ ਚੈਪਟਰ ਤੇ ਤੁਸੀਂ ਸੁਣੋ ਆਈ ਹੈਵ 3 ਵਿਜਨਸ ਫॉर ਇੰਡੀਆ ਭਾਰਤ ਦੇ ਲਈ ਮੇਰੇ ਤਿੰਨ ਸੁਪਨੇ ਨੇ ਇਨ 3000 ইয়ারਸ ਆਫ आवर ਹਿਸਟਰੀ ਜੇ ਇਤਿਹਾਸ 3000 ਸਾਲ ਦਾ ਇਤਿਹਾਸ ਵਾਚੀਏ ਪੀਪਲ ਫ্রম 올 ਓਵਰ ਦਾ ਵਰਲਡ ਹੈਵ ਕਮ ਐਂਡ ਇਨਵੇডেਡ ਅਸ ਦੁਨੀਆ ਤੋਂ ਲੋਕ ਆਏ ਤੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਕੈਪਚਰਡ आवर ਲੈਂਡ ਸਾਡੀ ਜ਼ਮੀਨ ਤੇ ਕਾਬਜ ਹੋਏ ਕੌਂਕਰਡ आवर ਮਾਈਂਡਸ ਸਾਡੇ ਮਨਾਂ ਨੂੰ ਵੀ ਜਿੱਤਿਆ ਫਰੋਮ ਅਲੈਗਜ਼ੈਂਡਰ ਪਹਿਲਾ ਕੁਐਸਚਨ ਤੁਹਾਡਾ ਇਹਦੇ ਤੋਂ ਆਉਣਾ ਕਿ ਸਾਡੇ ਉੱਤੇ ਕਿੰਨਾ ਕਿੰਨਾ ਨੇ ਹਮਲਾ ਕੀਤਾ ਫਰੋਮ ਅਲੈਗਜ਼ੈਂਡਰ ਸਿਕੰਦਰ ਆਇਆ ਦਾ ਗ੍ਰੀਕਸ ਜੁਨਾਨੀ ਆਏ ਦਾ ਟਰਕਸ ਤੁਰਕੀ ਦੇ ਲੋਕ ਆਏ ਦਾ ਮੋਗਲਸ ਮੋਗਲ ਆਏ ਦਾ ਪੁਰਤਗੀਜ਼ ਪੁਰਤਗਾਲੀ ਆਏ ਦਾ ਬ੍ਰਿਟਿਸ਼ ਅੰਗਰੇਜ਼ ਆਏ ਦਾ ਫ੍ਰੈਂਚ ਫਰਾਸੀਸੀ ਲੋਕ ਆਏ ਦਾ ਡੱਚ ਡੱਚ ਆਏ 올 ਆਫ ਦਮ ਕਮ ਐਂਡ ਲੂਟਡ ਅਸ ਸਾਰੇ ਆਏ ਤੇ ਸਾਰਿਆਂ ਨੇ ਸਾਨੂੰ ਲੁੱਟਿਆ ਟੋਕ ਓਵਰ ਵਾਟ ਵਾਸ ਆਵਰਸ ਸਾਡੇ ਕੋਲ ਜੋ ਕੁਝ ਸੀ ਉਸ ਨੂੰ ਲੁੱਟ ਲਿਆ ਜੈਟ ਵੀ ਹੈਵ ਨਾਟ ਡਨ ਥਿਸ ਟੂ ਐਨੀ ਅਦਰ ਨੇਸ਼ਨ ਪਰ ਭਾਰਤ ਨੇ ਤਾਂ ਕਿਸੇ ਮੁਲਕ ਨਾਲ ਅਜਿਹਾ ਨਹੀਂ ਕੀਤਾ ਵੀ ਹੈਵ ਨਾਟ ਕੰਕਰਡ ਐਨੀਵਨ ਅਸੀਂ ਕਿਸੇ ਨੂੰ ਨਹੀਂ ਜਿੱਤਣ ਗਏ ਵੀ ਨੇਵਰ ਨਾਟ ਹੈਵ ਨਾਟ ਗ੍ਰੈਬਡ ਥੇਅਰ ਲੈਂਡਸ ਅਸੀਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਕੀਤਾ ਥੇਅਰ ਕਲਚਰ ਅਸੀਂ ਉਹਨਾਂ ਦਾ ਕਲਚਰ ਅਸੀਂ ਉਹਨਾਂ ਦਾ ਸੱਭਿਆਚਾਰ ਨੂੰ ਨਹੀਂ ਲੁੱਟਿਆ ਥੇਅਰ ਹਿਸਟਰੀ ਉਹਨਾਂ ਦੇ ਇਤਿਹਾਸ ਨੂੰ ਮਲੀਨ ਨਹੀਂ ਕੀਤਾ ਐਂਡ ਟ੍ਰਾਈਡ ਟੂ ਐਂਫੋਰਸ ਆਵਰ ਵੇ ਆਫ ਲਾਈਫ ਔਨ ਥੈਮ ਵਾਈ ਅਸੀਂ ਉਹਨਾਂ ਤੇ ਆਪਣੀ ਜ਼ਿੰਦਗੀ ਦੇ ਤੌਰ ਤਰੀਕਿਆਂ ਨੂੰ ਵੀ ਗੁਨੇ ਕੀਤਾ ਕਿਉਂ ਕਿਉਂ ਹੁਣ ਅਗਲੀ ਥਿਊਰੀ ਸੁਣੀਓ ਦਿਸ ਇਜ਼ ਬਿਕੋਜ਼ ਵੀ ਰਿਸਪੈਕਟ ਦਾ ਫਰੀडम ਆਫ ਆਦਰਸ ਇਸ ਕਰਕੇ ਕਿ ਅਸੀਂ ਦੂਸਰਿਆਂ ਦੀ ਆਜ਼ਾਦੀ ਨੂੰ ਪਸੰਦ ਕਰਦੇ ਹਾਂ that is why my first vision of india is freedom ਇਸ ਕਰਕੇ ਮੇਰੀ ਭਾਰਤ ਦਾ ਪਹਿਲਾ ਸੁਪਨਾ ਜਿਹੜਾ ਸੀ ਉਹ ਆਜ਼ਾਦੀ ਸੀ ਤੇ ਇਹ ਮੈਂ ਤੁਹਾਨੂੰ ਸ਼ਾਰਟਕਟ ਦੱਸ ਕੇ ਉਹਦੇ ਅਗਲੇ ਵਿਜ਼ਨ ਤੇ ਆਉਣੀ ਆ ਤੇ 1857 ਦੇ ਵਿਦਰੋਹ ਨੂੰ ਉਹ ਆਜ਼ਾਦੀ ਦੀ ਪਹਿਲੀ ਜੰਗ ਮੰਨਦਾ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ 1857 ਨੂੰ ਮੰਨਦਾ ਹੈ ਤੁਹਾਡਾ ਸੈਕੰਡ ਕੁਐਸਚਨ ਆਨਸਰ ਵੀ ਹੋਣਾ ਅਗਲਾ ਉਸ ਦਾ ਸੈਕੰਡ ਵਿਜ਼ਨ ਹੈਗਾ ਦੈਟ ਇਜ਼ ਡਿਵੈਲਪਮੈਂਟ ਉਹ ਕਹਿੰਦਾ ਫॉर 50 ਇਅਰਸ ਵੀ ਹੈਵ ਬੀਨ ਡਿਵੈਲਪਿੰਗ ਨੇਸ਼ਨ 50 ਸਾਲ ਹੋ ਗਏ ਹਨ ਸਾਨੂੰ ਉਨਤ ਰਾਸ਼ਟਰ ਬਣਦੇ ਆ ਇਨ ਦਿਸ ਟਾਈਮ ਵੀ ਸੀ ਆਵਰ ਸੈਲਫ ਐਜ਼ ਅ ਡਿਵੈਲਪਡ ਨੇਸ਼ਨ ਅੱਗੇ ਜਲ ਕੇ ਉਹ ਦੱਸਦੇ ਨੇ ਕਿ ਯੈਟ ਵੀ ਲੈਕ ਆਫ ਸੈਲਫ ਕੌਨਫੀਡੈਂਸ ਟੂ ਸੀ ਆਵਰ ਸੈਲਫ ਇਨ ਐਜ਼ ਅ ਡਿਵੈਲਪਡ ਨੇਸ਼ਨਸ ਸੈਲਫ ਰਿਲਾਇੰਟ ਸੈਲਫ ਅਸ਼ੋਰਡ ਇਜ਼ ਨਾਟ ਦਿਸ ਇਨਕਰੈਕਟ ਉਹ ਕਹਿੰਦੇ ਨੇ ਕਿ ਦੂਸਰਾ ਮੇਰਾ ਸੁਪਨਾ ਉન્નਤੀ ਦਾ ਹੈ ਕਿ ਭਾਰਤ ਉન્નਤੀ ਕਰੇ ਬਹੁਤ ਜ਼ਿਆਦਾ ਉન્નਤੀ ਕਰੇ ਤੀਜਾ ਵਿਜ਼ਨ ਕੀ ਹੈਗਾ ਇੰਡੀਆ ਮਸਟ ਸਟੈਂਡ ਅਪ ਟੂ ਦਾ ਵਰਲਡ ਭਾਰਤ ਨੂੰ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ ਬਿਕਾਜ਼ ਆਈ ਬੀਲੀਵ ਥੈਟ ਅਨਲੈਸ ਇੰਡੀਆ ਸਟੈਂਡਸ ਅਪ ਟੂ ਦਾ ਵਰਲਡ ਨੋ ਵਨ ਵਿਲ ਰਿਸਪੈਕਟ ਅਸ ਕੋਈ ਸਾਡੀ ਰਿਸਪੈਕਟ ਨਹੀਂ ਕਰੇਗਾ ਅਗਲੀ ਬਹੁਤ ਵੱਡੀ ਗੱਲ ਉਹਨੇ ਕਹੀ ਹੈ ਪਿਆਰੇ ਵਿਦਿਆਰਥੀਓ ਅਗਲੀ ਬਹੁਤ ਵੱਡੀ ਗੱਲ ਹੈ ਇਸ ਨੂੰ ਧਿਆਨ ਨਾਲ ਸੁਣਿਓ ਓਨਲੀ ਸਟਰੈਂਥ ਰਿਸਪੈਕਟਸ ਸਟਰੈਂਥ ਤਾਕਤ ਹੀ ਤਾਕਤ ਦਾ ਸਨਮਾਨ ਕਰਦੀ ਹੈ ਜ਼ਿੰਦਗੀ 'ਚ ਹਮੇਸ਼ਾ ਹੀ ਜੇ ਤੁਸੀਂ ਚਾਹੁੰਦੇ ਹੋ ਕਿ ਸਤਕਾਰ ਹੋਵੇ ਤਾਂ ਉਹਦਾ ਪਹਿਲਾ ਫੰਡਾਮੈਂਟਲ ਪ੍ਰਿੰਸੀਪਲ ਇਹ ਹੈ ਸਟਰੈਂਥ ਰਿਸਪੈਕਟਸ ਸਟਰੈਂਥ ਵੀ ਮਸਟ ਬੀ ਸਟਰੋਂਗ ਨਾਟ ਓਨਲੀ ਐਜ਼ ਅ ਮਿਲਟਰੀ ਪਾਵਰ ਬਟ ਐਜ਼ ਐਨ ਇਕਨੋਮਿਕ ਪਾਵਰ ਅਗਲੇ ਪੇਜ ਤੇ ਆਓ ਸਾਨੂੰ ਆ ਆਰਥਿਕ ਸ਼ਕਤੀ ਦੇ ਤੌਰ ਤੇ ਤੇ ਮਿਲਟਰੀ ਸ਼ਕਤੀ ਦੇ ਤੌਰ ਤੇ ਵੀ ਨਫੀਸ ਹੋਣਾ ਪਏਗਾ ਵਧੀਆ ਹੋਣਾ ਪਏਗਾ ਇਹ ਉਹਨਾਂ ਦੇ ਸੁਪਨੇ ਸਨ ਤੇ ਅੱਗੇ ਉਹ ਦੱਸਦੇ ਨੇ ਕਿ ਜਿੰਨਾ ਪ੍ਰੋਫੈਸਰਸ ਦੇ ਨਾਲ ਮੈਂ ਕੰਮ ਕੀਤਾ ਜਿੰਨਾਂ ਨਾਲ ਮੈਂ ਪੜਿਆ ਉਹਨਾਂ ਦੇ ਨਾਂ ਨੇ ਡਾਕਟਰ ਵਿਕਰਮ ਸਾਰਾ ਭਾਈ ਡਿਪਾਰਟਮੈਂਟ ਆਫ ਸਪੇਸ ਪ੍ਰੋਫੈਸਰ ਸ਼ਤੀਸ਼ ਧਵਨ ਤੇ ਡਾਕਟਰ ਬ੍ਰਹਮਪrakash ਜਿਨ੍ਹਾਂ ਦੇ ਨਾਲ ਨਾਲ ਮੈਂ ਕੰਮ ਕੀਤਾ ਨਿਊਕਲਰ ਮਟੀਰੀਅਲ ਦੇ ਵਿੱਚ ਤੇ ਮੈਨੂੰ ਬੜਾ ਮਾਣ ਹੈ ਉਹਨਾਂ ਦੇ ਉੱਤੇ ਅਗਲਾ ਉਹਨਾਂ ਨੇ ਦੱਸਿਆ ਕਿ ਭਾਰਤ ਦੀ ਪੋਜੀਸ਼ਨ ਕੀ ਹੈ ਵੀ ਆਰ ਫਰਸਟ ਇਨ ਦਾ ਮਿਲਕ ਪ੍ਰੋਡਕਸ਼ਨ ਵੀ ਆਰ ਨੰਬਰ 1 ਇਨ ਦਾ ਰਿਮੋਟ ਸੈਂਸ ਇਲਾਈਟਿੰਗ ਸੈਂਸਿੰਗ ਸੈਟੇਲਾਈਟਸ ਵੀ ਆਰ ਸੈਕੰਡ ਲਾਰਜੈਸਟ ਪ੍ਰੋਡਿਊਸਰ ਆਫ ਵੀਟ ਵੀ ਆਰ ਸੈਕੰਡ ਲਾਰਜੈਸਟ ਪ੍ਰੋਡਿਊਸਰ ਆਫ ਰਾਈਸ ਕਿਉਂਕਿ ਤੇ ਚੌਲਾਂ ਦੀ ਪੈਦਾਵਾਰ 'ਚ ਸਾਡਾ ਦੂਜਾ ਥਾਂ ਆ ਰਿਮੋਟ ਸੈਂਸ ਇਲਾਈ ਸੈਟੇਲਾਈਟਸ ਤੇ ਮਿਲਕ ਪ੍ਰੋਡਕਸ਼ਨ ਦੇ ਵਿੱਚ ਸਾਡਾ ਪਹਿਲਾ ਸਥਾਨ ਹੈ ਤੇ ਅੱਗੇ ਚੱਲ ਕੇ ਉਹ ਕਹਿੰਦੇ ਨੇ ਕਿ ਮੈਂ ਹੁਣ ਫਿਰ ਤੁਹਾਨੂੰ ਆਈ ਵਾਸ ਇਨ ਹైదరాబాద్ ਗਿਵਿੰਗ ਥਿਸ ਲੈਕਚਰ ਮੈਂ ਹైదరాబాద్ ਚ ਸੀ ਮੈਂ ਇਹ ਲੈਕਚਰ ਦੇ ਰਿਹਾ ਸੀ ਵੈਨ ਅ 14 ਇਅਰਸ 올ਡ ਗਰਲ ਆਸਕ ਮੀ ਫॉर ਮਾਈ ਆਟੋਗ੍ਰਾਫ ਇੱਕ 14 ਸਾਲਾਂ ਦੀ ਕੁੜੀ ਮੇਰੇ ਕੋਲ ਆਈ ਤੇ ਮੇਰੇ ਕੋਲ ਆਟੋਗ੍ਰਾਫ ਮੰਗਣ ਲੱਗੀ ਆਈ ਆਸਕਡ ਹਰ ਵਾਟ ਹਰ ਗੋਲ ਇਨ ਲਾਈਫ ਇਜ਼ ਮੈਂ ਉਹਨੂੰ ਪੁੱਛਿਆ ਕਿ ਉਹ ਜ਼ਿੰਦਗੀ ਚ ਕੀ ਬਣਨਾ ਚਾਹੁੰਦੀ ਹੈ ਸ਼ੀ ਰਿਪਲਾਈਡ ਆਈ ਵਾਂਟ ਟੂ ਲਿਵ ਇਨ ਡਿਵੈਲਪਡ ਇੰਡੀਆ ਕਹਿੰਦੀ ਉਹਨੇ ਮੈਨੂੰ ਸੁਪਨਾ ਦੱਸਿਆ ਕਿ ਮੈਂ ਉੱਨਤ ਭਾਰਤ ਵਿੱਚ ਰਹਿਣਾ ਚਾਹੁੰਦੀ ਹਾਂ ਮੈਂ ਬੈਕਵਰਡ ਇੰਡੀਆ ਚ ਰਹਿਣਾ ਨਹੀਂ ਚਾਹੁੰਦੀ ਡਿਵੈਲਪਮੈਂਟ ਕੰਟ ਜਿਹੜਾ ਹੈਗਾ ਉਹ ਬੇਟੇ ਇੱਕ ਬਹੁਤ ਵੱਡਾ ਸੁਪਨਾ ਆ ਤੁਸੀਂ ਆਪਣੇ ਘਰ ਦੀ ਗੱਲ ਲੈ ਲਓ ਤੁਸੀਂ ਇੰਡੀਆ ਦੀ ਗੱਲ ਲੈ ਲਓ ਡਵੈਲਪਮੈਂਟ ਇੱਕ ਬਹੁਤ ਵੱਡਾ ਸੱਚਾਈ ਆ ਬਹੁਤ ਵੱਡੀ ਗੱਲ ਆ ਅੱਗੇ ਹੈਗਾ ਕਿ ਅਬਦੁਲ ਕਲਾਮ ਅੱਗੇ ਤੁਹਾਨੂੰ ਸੈਲਫ ਇਨਟਰੋਸਪੈਕਸ਼ਨ ਵੱਲ ਜਾਂਦੇ ਨੇ ਉਹ ਕਹਿੰਦੇ ਨੇ ਗਿਵ 10 ਮਿੰਟਸ ਫਾਰ ਯਰ ਕੰਟਰੀ ਆਪਣੇ ਰਾਸ਼ਟਰ ਨੂੰ 10 ਮਿੰਟ ਦਿਓ ਐਂਡ ਰੀਡ ਆਨ ਸੇ ਯੂ 댓 ਯੂਅਰ ਗਵਰਨਮੈਂਟ ਇਜ਼ ਇਨ ਸਫੀਸ਼ੀਐਂਟ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਸਰਕਾਰਾਂ ਨਾਕਾਮਜਾਬ ਨੇ ਯੂ ਸੇ ਥੈਟ आवर ਲਾਰ ਟੂ 올ਡ ਤੁਸੀਂ ਕਹਿੰਦੇ ਹੋ ਸਾਡੇ ਕਾਨੂੰਨ ਬੜੇ ਪੁਰਾਣੇ ਨੇ ਯੂ ਸੇ ਥੈਟ ਮੀਨਸ ਪੈਲਿਟੀ ਡਸ ਨਾਟ ਪਿਕ ਅਪ ਦਾ ਗਾਰਬੇਜ ਮਿਊਸਪਲ ਕਮੇਟੀ ਵਾਲੇ ਕੂੜਾ ਕਰਕਟ ਨਹੀਂ ਚੱਕਦੇ ਯੂ ਸੇ ਥੈਟ ਦਾ ਫੋਨ ਡਸ ਨਾਟ ਵਰਕ ਤੁਸੀਂ ਕਹਿੰਦੇ ਹੋ ਫੋਨ ਕੰਮ ਨਹੀਂ ਕਰਦੇ ਦਾ ਰੇਲਵੇ ਰੇਲਵੇਜ਼ ਆਰ ਜੋਕ ਮਜ਼ਾਕ ਬਣਿਆ ਹੋਇਆ ਰੇਲਵੇ ਦਾ 에ਅਰਲਾਈਨ ਇਜ਼ ਰਸਟ ਇਨ ਇੰਡੀਆ ਸਾਡੀ ਸਭ ਤੋਂ ਗੰਦੀ 에ਅਰਲਾਈਨ ਹੈ ਯੂ ਸੇ ਥੈਟ ਮਾਈ ਮੇਲਸ ਨੇਵਰ ਰੀਚ their destination dark time nal nahi pahunchdi you say that our country has been fed to the dogs and its absolute pits you say that tusi kai kosh karan da kai oot patang thanu apne mulk nal bahut zyada shikayatan sade mulk cha nahi hunda sade mulk ch aa nahi hunda sade mulk ch aa nahi hunda ਅੱਗੇ ਉਹ ਐਗਜ਼ਾਮਪਲ ਦਿੰਦੇ ਨੇ ਕਿ ਤੁਹਾਨੂੰ ਮੈਂ ਹੁਣ ਥੋੜੀ ਐਗਜ਼ਾਮਪਲ ਇੰਟਰਨੈਸ਼ਨਲੀ ਸ਼ੋ ਕਰਦਾ ਇਨ ਸਿੰਗਾਪੁਰ ਯੂ ਡੋਨਟ ਥਰੋ ਥਰੋ ਲਿਟਰ ਔਨ ਦਾ ਰੋਡਸ ਔਰ ਈਟ ਇਨ ਦਾ ਸਟੋਰਸ ਜੇ ਤੁਸੀਂ ਸਿੰਗਾਪੁਰ ਜਾਓ ਤੇ ਨਾ ਤੇ ਤੁਸੀਂ ਸੜਕਾਂ ਤੇ ਖਲਾਰਾ ਪਾ ਸਕਦੇ ਹੋ ਨਾ ਹੀ ਤੁਸੀਂ ਸਟੋਰਾਂ ਦੇ ਵਿੱਚ ਖੜੇ ਹੋ ਕੇ ਖਾ ਸਕਦੇ ਹੋ ਆ ਔਰ ਯੂ ਆਰ ਐਸ ਪ੍ਰਾਊਡ ਆਫ देयर ਅੰਡਰਗਰਾਉਂਡ ਲਿੰਕਸ ਐਸ ਦੇ ਆਰ ਕਹਿੰਦੇ ਬੜਾ ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਉਹਨਾਂ ਦੀਆਂ ਜਿਹੜੀਆਂ ਨੇ ਅੰਡਰਗਰਾਉਂਡ ਰੇਲਵੇ ਬਹੁਤ ਵਧੀਆ ਯੂ ਪੇ 5 ਡਾਲਰਸ ਟੂ ਡਰਾਈਵ ਥਰੂ ਆਰਚਡ ਰੋਡ ਬੈਟਵਿਨ 5 ਪੀਐਮ ਐਂਡ 8 ਪੀਐਮ ਤੁਸੀਂ 5 ਵਜੇ ਤੋਂ ਲੈ ਕੇ 8 ਵਜੇ ਤੱਕ ਉੱਥੇ ਲੰਘਣ ਉੱਥੋਂ ਲੰਘਣ ਦੇ ਲਈ 5 ਡਾਲਰ ਦਿੰਦੇ ਹੋ ਅਗਲਾ ਹੈ ਕਿ ਅਗਲੀ ਗੱਲ ਉਹ ਕਰਦਾ ਕਿ ਸਿੰਗਾਪੁਰ ਵਿੱਚ ਤੁਸੀਂ ਹੋਰ ਕੀ ਨਹੀਂ ਕਰ ਸਕਦੇ ਤੇ ਇਸ ਤੋਂ ਅੱਗੇ ਆ ਜਾਂਦਾ ਦੁਬਈ ਵਿੱਚ ਤੁਸੀਂ ਕੀ ਨਹੀਂ ਕਰ ਸਕਦੇ ਆ ਯੂ ਊਡ ਨਾਟ ਡੇਅਰ ਟੂ ਈਟ ਇਨ ਪਬਲਿਕ ਡਿਊਰਿੰਗ ਰਮਾਦਾਨ ਜਦ ਰਮਾਦਾਨ ਦਾ ਮੀਨਿੰਗ ਰਮਜ਼ਾਨ ਜਦੋਂ ਰਮਜ਼ਾਨ ਦਾ ਮਹੀਨਾ ਹੁੰਦਾ ਤੁਸੀਂ ਦੁਬਈ ਦੇ ਵਿੱਚ ਪਬਲਿਕ ਪਲੇਸਸ ਤੇ ਖੜੇ ਹੋ ਕੇ ਖਾ ਨਹੀਂ ਸਕਦੇ ਤੁਹਾਡੇ ਤੇ ਇੱਕ ਰੈਸਟ੍ਰਿਕਸ਼ਨ ਹੈਗੀ ਆ ਰੈਸਟ੍ਰਿਕਸ਼ਨ ਚ ਹਰ ਇੱਕ ਨੂੰ ਰਹਿਣਾ ਪੈਂਦਾ ਅੱਗੇ ਤੁਸੀਂ ਕੀ ਯੂ ਵੁੱਡ ਨਾਟ ਡੇਅਰ ਟੂ ਗੋ ਵਿਦਆਊਟ ਯੋਰ ਹੈਡ ਕਵਰਡ ਇਨ ਜੱਦਾ ਜੇ ਤੁਸੀਂ ਜੱਦਾ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਆਪਣਾ ਸਿਰ ਢੱਕ ਕੇ ਜਾਣਾ ਪਵੇਗਾ ਅੱਗੇ ਹੈ ਯੂ ਵੁੱਡ ਨਾਟ ਡੇਅਰ ਟੂ ਬਾਇ ਐਨ empioyee ਆਫ ਦਾ ਟੈਲੀਫੋਨ ਐਕਸਚੇਂਜ ਇਨ ਲੰਡਨ ਐਟ 10 ਪਾਉਂਡਸ ਆ ਮਨਥਸ ਸੀ 2 8 ਦੈਟ ਮਾਈ ਯਸਟਰਡੇ ਅండ్ ਆਈਐਸਟੀ ਕਾਲਸ ਆਰ ਬਿਲਡ ਟੂ ਸਮਵਨ ਐਲਸ ਕਹਿੰਦੇ ਲੰਡਨ ਵਿੱਚ ਐਵੇਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਕਰਮਚਾਰੀ ਨੂੰ 10 ਪਾਉਂਡ ਦਿਓ ਤੇ ਉਹਨੂੰ ਕਹੋ ਕਿ ਮੇਰੀ ਐਸਟੀਡੀ ਦਾ ਬਿੱਲ ਤੇ ਮੇਰੀ ਆਈਐਸਡੀ ਕਾਲਸ ਦਾ ਬਿੱਲ ਜਿਹੜਾ ਕਿਸੇ ਹੋਰ ਦੇ ਕਾਲਾਂ ਵਿੱਚ ਪਾ ਦਵੇ ਇਵੇਂ ਨਹੀਂ ਹੁੰਦਾ ਯੂ ਊਡ ਨਾਟ ਡੇਅਰ ਬੀ ਆਂਡ ਸਪੀਡ ਲਿਮਟ 55 ਐਮ ਪੀ ਐਚ ਔਰ 88 ਕਿਲੋਮੀਟਰਸ ਪਰ ਆਰ ਇਨ ਵਾਸ਼ਿੰਗਟਨ ਐਂਡ ਟੈਲ ਦਾ ਟ੍ਰੈਫਿਕ ਕਾਪ ਜਾਣਤਾ ਹੈ ਮੈਂ ਕੌਣ ਹਾਂ ਕਹਿੰਦਾ ਵਾਸ਼ਿੰਗਟਨ ਤੁਸੀਂ ਜਾਓ ਵਾਸ਼ਿੰਗਟਨ ਡੀਸੀ ਤੁਸੀਂ ਅਮਰੀਕਾ ਵਿੱਚ ਜਾਓ ਉੱਥੇ ਤੁਸੀਂ ਕਿਸੇ ਨੂੰ ਥ੍ਰੈਟਨ ਨਹੀਂ ਕਰ ਸਕਦੇ ਤੇ ਤੈਨੂੰ ਤੈਨੂੰ ਪਤਾ ਹੈ ਮੈਂ ਕੌਣ ਆ ਜਾਣਤਾ ਹੈ ਮੈਂ ਕੌਣ ਹਾਂ You would not chuck an empty coconut shell anywhere other than garbage pail on the beaches of Australia or New Zealand. ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਬੀਚਸ ਤੇ ਜਾ ਕੇ ਤੁਸੀਂ ਜਿਹੜਾ ਉਹਦਾ ਕੋਕੋਨਟ ਦਾ ਸ਼ੈਲ ਆ ਉਹਨੂੰ ਇੱਧਰ ਉੱਧਰ ਗਾਰਬੇਜ ਨਹੀਂ ਕਰ ਸਕਦੇ ਉਹਨੂੰ ਇੱਧਰ ਉੱਧਰ ਸੁੱਟ ਨਹੀਂ ਸਕਦੇ. You do not spit pan on the streets of Tokyo. ਟੋਕੀਓ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਤੁਸੀਂ ਪਾਨ ਦਾ ਥੁੱਕ ਸੁੱਟ ਕੇ ਦੱਸੋ. Why ਡੋਂਟ ਯੂ ਯੂਜ਼ ਐਗਜ਼ਾਮੀਨੇਸ਼ਨ ਜੌਕੀਜ਼ ਐਂਡ ਬਾਇ ਫੇਕ ਸਰਟੀਫਿਕੇਟਸ ਇਨ ਬੋਸਟਨ ਕਹਿੰਦਾ ਬੋਸਟਨ ਵਿੱਚ ਤੁਸੀਂ ਐਗਜ਼ਾਮੀਨੇਸ਼ਨ ਜੌਕੀ ਜਾਂ ਨਕਲੀ ਸਰਟੀਫਿਕੇਟ ਲੈ ਕੇ ਦੱਸੋ ਵੀ ਆਰ ਸਟਿਲ ਟਾਕਿੰਗ ਆਫ ਸਮ ਯੂ 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 ਕੈਨ ਰਿਸਪੈਕਟ ਐਂਡ ਕਨਫਰਮ टू अ फॉरेन सिस्टम इन अदर कंट्रीज बट कैन नॉट इन योर ओन ਅਸੀਂ ਬਾਕੀ ਮੁਲਕਾਂ ਦੀ ਸਿਫਤ ਕਰਦੇ ਹਾਂ ਆਪਣੇ ਮੁਲਕ ਵਿੱਚ ਇਹਨਾਂ ਦਾ ਪਾਲਨ ਨਹੀਂ ਕਰਦੇ ਅਗਲੇ ਪੈਰੇ ਵਿੱਚ ਉਹ ਇੱਕ ਐਗਜ਼ਾਮਪਲ ਦਿੰਦੇ ਨੇ ਕਿ ਇੱਕ ਵਾਰੀ ਕੀ ਹੁੰਦਾ ਹੈ ਕਿ ਬੰਬੇ ਮੁੰਬਈ ਜਿਹਨੂੰ ਅਸੀਂ ਕਹਿੰਦੇ ਹਾਂ ਉਥੋਂ ਦਾ ਐਕਸ ਜਿਹੜਾ ਸੀਗਾ ਮਿਊਨਿਸਪਲ ਕਮਿਸ਼ਨਰ ਮਿਸਟਰ ਤੈਨਾਈਕਰ ਉਹ ओली ਇੰਟਰਵਿਊ ਚੱਲਦੀ ਉਹ ਆਪਣੀ ਇੰਟਰਵਿਊ ਚ ਕਹਿੰਦਾ ਕਿ ਰਿਚ ਪੀਪਲਸ ਡੌਗਸ ਆਰ ਵਾਕਡ ਔਨ ਦਾ ਸਟਰੀਟਸ ਟੂ ਲੀਵ देयर ਐਫਲੈਂਟ ਡਰੂਪਿੰਗਸ ਔਲ ਓਵਰ ਦਾ ਪਲੇਸ ਅਮੀਰ ਲੋਕ ਆਪਣੇ ਕੁੱਤਿਆਂ ਨੂੰ ਬਾਹਰ ਲੈ ਜਾਂਦੇ ਨੇ ਸੜਕਾਂ ਦੇ ਉੱਤੇ ਉੱਥੇ ਹੀ ਉਹਨਾਂ ਉਹਨਾਂ ਦਾ ਗੰਦ ਪਵਾ ਦਿੰਦੇ ਨੇ ਮਤਲਬ ਲੈਟਰਨ ਕੁੱਤੇ ਉੱਥੇ ਹੀ ਕਰ ਦਿੰਦੇ ਨੇ ਹੈਨਾ ਫਿਰ ਅਗਲੇ ਦਿਨ ਕੀ ਹੁੰਦਾ ਕਿ ਥੋੜੇ ਦਿਨਾਂ ਬਾਅਦ ਅਸੀਂ ਅਥਾਰਟिटीज ਨੂੰ ਕਹਿੰਨੇ ਆ ਕਿ ਮਿਊਸਪਲ ਕਮੇਟੀ ਸਫਾਈ ਦਾ ਖਿਆਲ ਨਹੀਂ ਰੱਖਦੀ ਤੇ ਕੌਣ ਇਹਨੂੰ ਪ੍ਰਦੂਸ਼ਿਤ ਕਰ ਰਿਹਾ ਸਾਨੂੰ ਸੋਚਣਾ ਪਏਗਾ ਇਨ ਅਮਰੀਕਾ ਏਵਰੀ ਡੌਗ ਓਨਰ ਹੈਜ਼ ਟੂ ਕਲੀਨ ਅਪ देयर ਆਪ ਕਲੀਨ ਅਪ ਆਫਟਰ ਹਿਸ ਪੈਟ ਹੈਜ਼ ਡਨ ਹਿਸ ਦ ਜੌਬ ਸੇਮ ਇਨ ਜਪਾਨ 威尔 ਦਾ ਇੰਡੀਅਨ ਸਿਟੀਜ਼ਨਸ ਡੂ ਥੈਟ ਹੇਅਰ ਭਾਰਤ ਦੇ ਲੋਕ ਇਹ ਕਦੋਂ ਕਰਨਾ ਸਿੱਖਣਗੇ ਜਪਾਨ ਵਿੱਚ ਵੀ ਇਵੇਂ ਹੁੰਦਾ ਹੈ ਇਵੇਂ ਅੱਗੇ ਵੱਖਰੀਆਂ ਵੱਖਰੀਆਂ ਇਵੇਂ ਹੀ ਐਗਜ਼ੈਪਲਸ ਕੋਟ ਹੁੰਦੀਆਂ ਨੇ ਕਮ ਟੂ ਦਾ ਲਾਸਟ ਪੇਜ ਆਫ ਯੋਰ ਚੈਪਟਰ ਵੀ ਐਕਸਪੈਕਟ ਰੇਲਵੇਸ ਟੂ ਪ੍ਰੋਵਾਈਡ ਕਲੀਨ ਬਾਥਰੂਮਸ ਅਸੀਂ ਚਾਹੁੰਦੇ ਆ ਕਿ ਰੇਲਵੇ ਸਾਨੂੰ ਬਹੁਤ ਸਾਫ ਸੁਥਰੇ ਬਾਥਰੂਮ ਦੇ ਬਟ ਵੀ ਆਰ ਨਾਟ ਗੋਇੰਗ ਟੂ ਲਰਨ ਦਾ ਪ੍ਰੋਪਰ ਯੂਜ਼ ਆਫ ਬਾਥਰੂਮਸ ਪਰ ਸਾਨੂੰ ਤਾਂ ਅਜੇ ਬਾਥਰੂਮਾਂ ਦੀ ਵਰਤੋਂ ਕਰਨੀ ਹੀ ਨਹੀਂ ਆਈ ਵੀ ਵਾਂਟ ਇੰਡੀਅਨ 에ਅਰਲਾਈਨਸ ਐਂਡ 에ਅਰ ਇੰਡੀਆ ਟੂ ਪ੍ਰੋਵਾਈਡ ਬੈਸਟ ਫੂਡ ਐਂਡ ਟਾਇਲਟਰੀਜ਼ ਬਟ ਵੀ ਆਰ ਨਾਟ ਗੋਇੰਗ ਟੂ ਸਟਾਪ ਪੈਲ ਫਰੈਂਕ ਐਟ ਦਾ ਲੀਸਟ ਆਪਰਚੂਨਿਟੀਆਂ ਗੰਦ ਪਾਉਣ ਲੱਗੇ ਅਸੀਂ ਬਿਲਕੁਲ ਨਹੀਂ ਸੋਚਦੇ ਪਰ ਅਸੀਂ ਇਹ ਸੋਚਦੇ ਹਾਂ ਕਿ ਸਾਡੀਆਂ 에ਅਰਲਾਈਨਸ ਸਾਡੇ ਰੇਲਵੇ ਜਿਹੜੇ ਨੇ ਸਾਨੂੰ ਵਧੀਆ ਵਾਸ਼ਰੂਮ ਤੇ ਵਧੀਆ ਭੋਜਨ ਦੀ ਵਿਵਸਥਾ ਕਰਕੇ ਦੇਣ ਤੇ ਅਸੀਂ ਕੀ ਕਰਦੇ ਹਾਂ ਅਗਲੇ ਸੋਸ਼ਲ ਇਸ਼ੂ ਦੇ ਉੱਤੇ ਫਿਰ ਡਾਕਟਰ ਕਲਾਮ ਬੋਲਦੇ ਨੇ ਅਸੀਂ ਬਹੁਤ ਉੱਚੀ ਉੱਚੀ ਗੱਲਾਂ ਕਰਦੇ ਆ ਪਬਲਿਕ ਦੇ ਵਿੱਚ ਕਹਿੰਨੇ ਆ ਵੈਨ ਇਟ ਕਮਸ ਟੂ ਬਰਨਿੰਗ ਸੋਸ਼ਲ ਇਸ਼ੂਸ ਲਾਈਕ ਦੋਸ ਰਿਲੇਟਡ ਟੂ ਔਮਨ ਡਾਰੀ ਗਰਲ ਚਾਈਲਡ ਐਂਡ ਅਦਰਸ ਵੀ ਮੇਕ ਲਾਊਡ ਡਰਾਇੰਗ ਰੂਮ ਪ੍ਰੋਟੈਸਟੇਸ਼ਨਸ ਐਂਡ ਕੰਟੀਨਿਊ ਟੂ ਡੂ ਦਾ ਰਿਵਰਸ ਐਟ ਦਾ ਹੋਮ ਅਸੀਂ ਘਰਾਂ ਚ ਤੇ ਬਾਹਰ ਖਲੋ ਕੇ ਉੱਚੀ ਉੱਚੀ ਗੱਲਾਂ ਕਰਦੇ ਹਾਂ ਕਹਿੰਦਾ ਕਿ ਇਫ आई अलोन फॉरगो माय सन्स राइट टू अ डोरी जे मैं अपने मुंडे दे विवाह ते ही दाज नाल लवां ना so, ये पॉसिबल हो सकदा है जेसी ਘਰ ਤੋਂ ਸ਼ੁਰੂ ਕਰ ਦਈਏ ਪਬਲਿਕ ਪਲੇਸਸ ਤੇ ਬੋਲਨ ਦੇ ਤੋਂ ਤੇ ਜੇ ਅਸੀਂ ਕੰਮ ਨਾ ਕਰੀਏ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਸੋ ਗੋਇੰਗ ਟੂ ਚੇਂਜ ði ਸਿਸਟਮ ਸਿਸਟਮ ਇਵੇਂ ਹੀ ਚੇਂਜ ਚੇਂਜ ਹੋਣਾ ਹੈ ਕਿਸੇ ਮਿਸਟਰ ਕਲੀਨ ਨੇ ਨਹੀਂ ਉਤਰਨਾ ਕਿ ਉਹ ਸਾਡੇ ਰਾਸ਼ਟਰ ਨੂੰ ਸਾਡੇ ਰਾਸ਼ਟਰ ਨੂੰ ਸਾਫ਼ ਕਰੇ ਇਹ ਅਸੀਂ ਹੀ ਕਰਨਾ ਹੈ ਇਸੇ ਤਰ੍ਹਾਂ ਇਹ ਚੈਪਟਰ ਸਾਰਾ ਚੱਲਦਾ ਕਿ ਉਹ ਕਹਿੰਦਾ ਕਿ आवर कंຊਿਅਸਿਸ ਸਮਟ ਗੋਸ ਟੂ ਮਨੀ ਅਸੀਂ ਫੋਰਨ ਦੀਆਂ ਚੀਜ਼ਾਂ ਦੇ ਲਈ ਆਬਸੈਸ ਰੱਖਦੇ ਹਾਂ ਅਸੀਂ ਬਾਹਰਲੀਆ ਕਮੀਜ਼ਾਂ ਪਸੰਦ ਕਰਦੇ ਹਾਂ ਬਾਹਰਲੇ ਇਲੈਕਟ੍ਰੋਨਿਕ ਗੁੱਡਸ ਨੂੰ ਪਸੰਦ ਕਰਦੇ ਹਾਂ ਡਾਕਟਰ ਕਲਾਮ ਇਸ ਚੈਪਟਰ ਵਿੱਚ ਕਹਿੰਦੇ ਨੇ ਕਿ ਅਸੀਂ ਸਾਰਾ ਕੁਝ ਬਾਹਰਲਾ ਪਸੰਦ ਕਰਦੇ ਹਾਂ ਕਹਿੰਦੇ ਅਸੀਂ ਜਿੰਨੀ ਦੇਰ ਤੱਕ ਸੈਲਫ ਰਿਲਾਈਐਂਟ ਨਹੀਂ ਹੋਵਾਂਗੇ ਅਸੀਂ ਜਿੰਨੀ ਦੇਰ ਤੱਕ ਆਪਣੀਆਂ ਚੀਜ਼ਾਂ ਦਾ ਸਟੈਂਡਰਡ ਉਹਨਾਂ ਵਧਾ ਕੇ ਉਹ ਚੀਜ਼ ਨਹੀਂ ਵਰਤਾਂਗੇ ਕਹਿੰਦੇ ਅਸੀਂ ਕਿੰਨੀ ਕੁ ਦੇਰ ਤੱਕ ਲੋਕਾਂ ਦੀਆਂ ਚੀਜ਼ਾਂ ਦੀ ਬਾਹਰ ਲੇ ਕਮੀਜ਼ਾਂ ਦੀ ਬਾਹਰ ਲੀਆਂ ਇਲੈਕਟ੍ਰੋਨਿਕਸ ਦੀ ਬਾਹਰ ਦੇ ਚੀਜ਼ਾਂ ਦੀ ਸਿਫਤ ਕਰਦੇ ਰਵਾਂਗੇ ਇਸ ਤਰ੍ਹਾਂ ਸਾਡ ਨੂੰ ਝੰਜੋ ਆਤਮਾ ਨੂੰ ਝੰਜੋੜਨ ਵਾਲੀ ਇਹ ਸਪੀਚ ਹੈ ਤੇ ਹੁਣ ਬੇਟਾ ਸਭ ਤੋਂ ਪਹਿਲਾਂ ਇਹਦੇ ਕੁਐਸਚਨਸ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੀ ਕਿਤਾਬ ਦੇ ਪਿੱਛੇ ਮੈਚਿੰਗ ਕਾਲਮ ਨੇ ਮੈਚਿੰਗ ਕਾਲਮ ਮੈਂ ਤੁਹਾਨੂੰ ਕਰਾ ਦੇਣੀ ਆ ਉਸ ਤੋਂ ਬਾਅਦ ਮੈਂ ਕੁਐਸਚਨਸ ਕਰਾ ਦੇਣੀ ਆ ਮੈਚਿੰਗ ਕਾਲਮ ਚ ਤੁਹਾਡਾ ਪਹਿਲਾ ਵਰਡ ਹੈਗਾ ਵਿਜ਼ਨ ਡ੍ਰੀਮ ड्रीम पिक्चर ਤੁਹਾਡਾ ਕੀ ਸੁਪਨਾ vision ਹੁੰਦਾ ਤੁਸੀਂ ਕਿਵੇਂ ਸੋਚਦੇ ਹੋ ਤੁਹਾਡਾ ਸੁਪਨਾ ਕੀ ਹੈ ਨਰਚਰ ਬ੍ਰਿੰਗ ਅਪ ਪੋ ਅਨ ਐਕੁੰਦਾ ਨੇਚਰ ਐਕੁੰਦਾ ਨਰਚਰ ਨੇਚਰ ਹੁੰਦੀ ਕੁਦਰਤ ਨਰਚਰ ਹੁੰਦਾ ਪਾਲਨ ਪੋਸ਼ਣ ਕਰਨਾ ਟੂ ਬ੍ਰਿੰਗ ਅਪ ਰਿਮੋਟ ਦੂਰ ਤੋਂ ਡਿਸਟੈਂਟ ਇਹਦਾ ਸਾਈਨੋਨਿਮ ਹੈ ਸਮਾਨਾਰਥਕ ਸ਼ਬਦ ਇਹ ਸਾਰੇ ਸਮਾਨਾਰਥਕ ਸ਼ਬਦ ਹੈਮ ਤੁਹਾਡੇ ਮੈਚਿੰਗ ਕਾਲਮ ਵਿੱਚ ਇਹਦਾ ਸਹੀ मीनिंग ਮੈਚ ਕਰਨਾ ਹੈ ਆਬਸੈਸ਼ਨ ਆਬਸੈਸ਼ਨ ਹੈ क्रेਜ਼ ਤੁਹਾਡੇ ਕੁਐਸਚਨ ਤੁਹਾਡੀਆਂ ਕਿਤਾਬਾਂ ਤੇ ਮੈਂ ਸਿੱਦੇ ਆਨਸਰ ਨਾਲ ਹੀ ਦੇ ਦਿੱਤੇ ਆ ਆਬਸੈਸ਼ਨ ਹੁੰਦਾ ਕਿਸੇ ਚੀਜ਼ ਦਾ ਪਾਗਲਪਨ ਵਰਗਾ ਕਰੇਜ਼ ਬਹੁਤ ਜ਼ਿਆਦਾ ਐਕਸਟ੍ਰੀਮ ਲਾਈਕਿੰਗ ਐਬਸੋਲਿਊਟ ਕੰਪਲੀਟ ਪੂਰੀ ਤਰ੍ਹਾਂ ਨਾਲ ਏਲੀਅਨ ਵਿਦੇਸ਼ੀ ਨਾਟ ਨੇਟਿਵ ਪੈਂਪਰ ਪੂਹੇ ਚਾੜਨਾ ਸ ਪੰਜਾਬੀ ਚ ਕਹਿੰਦੇ ਨਾ ਮੁੰਡੇ ਨੂੰ ਬਹੁਤ ਪੂਹੇ ਚਾੜਿਆ ਹੋਇਆ ਲਵ ਔਰ ਪ੍ਰੇਜ਼ ਅਬਨੋਰਮਲੀ ਬਹੁਤ ਜ਼ਿਆਦਾ ਪਿਆਰ ਕਰਨਾ ਬਹੁਤ ਜ਼ਿਆਦਾ ਸਿਫਤ ਕਰਨਾ ਰੈਸਕੀ ਰੈਸਕੀ ਹੁੰਦਾ ਬਚਾਉਣਾ ਸੇਵ ਕੰਸ਼ੀਅਸ ਆਤਮਾ ਵੌਇਸ ਆਫ ਸੋਲ ਇੰਟਰੋਸਪੈਕਸ਼ਨ ਸੈਲਫ ਅਨਲਿਸਿਸ ਆਤਮ ਪਰਚੋਲ ਆਤਮ ਨਰੀਖਣ ਬੇਟੇ ਹੁਣ ਅਸੀਂ ਕੁਐਸਚਨਸ ਕਰਾਂਗੇ ਤੁਹਾਡੀ ਕਿਤਾਬ ਤੇ ਤੁਹਾਡਾ ਪਹਿਲਾ ਕੁਐਸਚਨ ਹੈਗਾ ਤੁਸੀਂ ਨਾਲ-ਨਾਲ ਮੈਂ ਕੁਐਸਚਨ ਰੱਖੇ ਵੀ ਆ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਲਿਖ ਵੀ ਲੈਣਾ ਕਾਪੀਆਂ ਤੇ ਇੱਥੇ ਕੁਐਸਚਨਸ ਨੇ ਮੈਂ ਤੁਹਾਨੂੰ ਕੁਐਸਚਨ ਕਰਾਨੀਆਂ ਪਹਿਲਾ ਕੁਐਸਚਨ ਤੁਹਾਡੀ ਕਿਤਾਬ ਤੇ ਹੈਗਾ ਹੂ ਹੈਵ ਕਮ ਐਂਡ ਇਨਵੇਡਡ ਇੰਡੀਆ ਇਨ 3000 ইয়ার্স ইন ਇটস ਹਿਸਟਰੀ ਇਹਦਾ ਆਨਸਰ ਬੇਟੇ ਹੈਗਾ ਫ੍ਰੋਮ ਅਲੈਗਜ਼ੈਂਡਰ ਔਨਵਰਡ ਦਾ ਗ੍ਰੀਕਸ ਦਾ 터ਕਸ ਦਾ ਮੁਗਲਸ ਦਾ ਪੁਰਤਗੀਸ ਦਾ ਬ੍ਰਿਟਿਸ਼ ਦਾ ਫ੍ਰੈਂਚ ਦਾ ਡੱਚ ਸਿਕੰਦਰ ਆਇਆ ਗ੍ਰੀਕਾ ਗੁਜਨਾਨੀ ਆਏ ਤੁਰਕੀ ਆਏ ਮੁਗਲ ਆਏ ਪੁਰਤਗਾਲੀ ਆਏ ਬ੍ਰਿਟਿਸ਼ ਆਏ ਫ੍ਰਾਂਸੀਸੀ ਆਏ ਡੱਚ ਆਏ ਅਗਲਾ ਕੁਐਸਚਨ ਹੈ ਤੁਹਾਡੀ ਕਿਤਾਬ ਦੇ ਉੱਤੇ ਵੈਨ ਅਕੋਰਡਿੰਗ ਟੂ ਕਲਾਮ ਡਿਡ ਇੰਡੀਆ ਗੈਟ ਇਟਸ ਫਰਸਟ ਵਿਜ਼ਨ ਆਫ ਫ੍ਰੀडम ਇਨ 1957 1857 ਦੇ ਵਿੱਚ ਵਾਟ ਇਜ਼ ਕਲਾਮ ਸੈਕੰਡ ਵਿਜ਼ਨ ਫਾਰ ਇੰਡੀਆ ਡਿਵੈਲਪਮੈਂਟ অর ਡਿਵੈਲਪਿੰਗ ਇੰਡੀਆ Why does Kalam want India to be a strong military and economic power? Because only strength respects strength. Shakti hi Shakti satkar kardi What is India's positive, position regarding the milk production and remote sensing satellites in the world? In both fields, India has uh, uh, number one position. ਆਪਣੇ ਮਿਲਕ ਪ੍ਰੋਡਕਸ਼ਨ ਵਿੱਚ ਤੇ ਰਿਮੋਟ ਸੈਂਸਿੰਗ ਸੈਟੇਲਾਈਟਸ ਦੇ ਵਿੱਚ ਇੰਡੀਆ ਦੀ ਪਹਿਲੀ ਪੋਜੀਸ਼ਨ ਹੈ ਬੇਟੇ ਇਹ ਹੁਣ ਇੱਥੇ ਇਹ ਤੋਂ ਕੁਐਸਚਨ ਤੇ ਅਸੀਂ ਫਲੈਸ਼ ਮਾਰਾਂਗੇ ਹੁਣ ਤੁਸੀਂ ਇਹਨਾਂ ਕੁਐਸਚਨਸ ਨੂੰ ਚੰਗੀ ਤਰ੍ਹਾਂ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰ ਲੈਣਾ ਤੁਸੀਂ ਇਹ ਕੁਐਸਚਨ ਕਰ ਲਓ ਕੁਐਸਚਨ ਨੰਬਰ 1 ਕੁਐਸਚਨ ਨੰਬਰ 2 ਕੁਐਸਚਨ ਨੰਬਰ 3 ਕੁਐਸਚਨ ਨੰਬਰ 4 ਕੁਐਸਚਨ ਨੰਬਰ 5 ਇਹ ਤੁਹਾਡੀ ਸਹੂਲਤ ਦੇ ਲਈ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਲਿਖ ਕੇ ਪਾਦਮਾ ਤਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਆਪਣੀਆਂ ਕਾਪੀਆਂ ਤੇ ਲਿਖ ਸਕੋ ਤੇ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਸਕੋ ਯਾਦ ਕਰ ਸਕੋ ਬੇਟੇ ਦਿਸ ਇਜ਼ ਵੈਰੀ ਇੰਪੋਰਟੈਂਟ ਚੈਪਟਰ ਅਗਲਾ ਅਗਲਾ ਛੇ ਮਾਸਵਾਲ ਥੋੜਾ ਬੰਦਾ ਹੈ ਤੁਹਾਡੀਆਂ ਕਿਤਾਬਾਂ ਦੇ ਉੱਤੇ what is india's position in respect of wheat and rice wheat and rice which india the key position hai hai. india is the second largest producer of wheat and rice so how do we uh, behave in singapore singapore there will not uh, there we will not throw cigarette butts on the roads ਅਸੀਂ ਜਿਹੜੀ ਸਿਗਰਟ ਦੇ ਉਹ ਨਿੱਕੇ ਜਿਹੇ ਬਚਦੇ ਆ ਛੋਟੇ ਜਿਹੇ ਪੀਸ ਉਹਨਾਂ ਨੂੰ ਸੜਕ ਤੇ ਨਹੀਂ ਸਿੱਟਾਂਗੇ ਔਰ ਸਟੋਰਸ ਦੇ ਵਿੱਚ ਖੜੇ ਹੋ ਕੇ ਖਾਵਾਂਗੇ ਨਹੀਂ ਹਾਊ ਡੂ ਵੀ ਬਿਹੇਵ ਇਨ ਦੁਬਈ ਦੁਬਈ ਚਾਸੀ ਕੀ ਕਰਾਂਗੇ ਵੀ ਡੂ ਨਾਟ ਈਟ ਇਨ ਪਬਲਿਕ ਡਿਊਰਿੰਗ ਰਮضان ਰਮضان ਦੇ ਮਹੀਨੇ ਵਿੱਚ ਅਸੀਂ ਜਨਤਕ ਥਾਵਾਂ ਤੇ ਸਾਹਮਣੇ ਕਿਸੇ ਦੇਖ ਲੋ ਕੇ ਖਾ ਨਹੀਂ ਸਕਦੇ ਕਿਉਂਕਿ ਰੋਜ਼ੇ ਚੱਲਦੇ ਨੇ ਵਾਟ ਡਿਡ ਐਕਸ ਮਿਨਿਸਪਲ ਕਮਿਸ਼ਨਰ ਆਫ ਬੰਬੇ ਟੈਲ ਕਲਾਮ ਬੰਬੇ ਦਾ ਜਿਹੜਾ ਕਮਿਸ਼ਨਰ ਹੈ ਮਿਨਿਸਪਲ ਕਮਿਸ਼ਨਰ ਹੈ ਪਹਿਲੇ ਵਾਲਾ ਪਹਿਲਾ ਰਹਿ ਚੁੱਕਾ ਉਹ ਕੀ ਦੱਸਦਾ ਪੀਪਲ ਟੇਕ देयर ਡੌਗਸ ਫॉर ਵਾਕ ਐਂਡ ਸਟੂਲ ਔਨ ਦਾ ਰੂਟਸ ਲੋਕ ਆਪਣੇ ਕੁੱਤਿਆਂ ਨੂੰ ਸੜਕ ਦੇ ਉੱਤੇ ਲੈਟਰਨ ਕਰਾਉਣ ਲੈ ਜਾਂਦੇ ਨੇ ਡੌਗਸ ਲੀਵ ਇਟਸ ਡਰੂਪਿੰਗ 올 ਓਵਰ ਦਾ ਪੇਮੈਂਟਸ ਉਹਨਾਂ ਜਿਹੜੇ ਤੁਰਨ ਵਾਲੇ ਰਾਹ ਨੇ ਉੱਥੇ ਉਹ ਪਾਟੀ ਕਰ ਦਿੰਦੇ ਨੇ ਬਟ ਵੀ ਬਿਲੇਮ ਦਾ ਗਵਰਨਮੈਂਟਸ ਫॉर ਡਰਟੀ ਪੇਮੈਂਟਸ ਤੇ ਇਲਜ਼ਾਮ ਲੋਕ ਸਰਕਾਰਾਂ ਤੇ ਲਾਉਂਦੇ ਨੇ ਸਫਾਈ ਨਹੀਂ ਹੈ ਸਫਾਈ ਵੱਲ ਧਿਆਨ ਨਹੀਂ ਰੱਖਿਆ ਜਾਂਦਾ ਵਾਟ ਹੈਜ਼ ਐਵਰੀ ਡੌਗ ਓਨਰ ਇਨ ਅਮਰੀਕਾ ਐਂਡ ਜਪਾਨ ਡੂ ਅਮਰੀਕਾ ਤੇ ਜਪਾਨ ਵਿੱਚ ਹਰ ਡੌਗ ਓਨਰ ਕੀ ਕਰਦਾ ਐਵਰੀ ਡੌਗ ਓਨਰ ਹੈਜ਼ ਟੂ ਕਲੀਨ ਦਾ ਡਰਾਪਿੰਗਸ ਆਫ ਹਿਸ ਪੈਕ ਅਮਰੀਕਾ ਵਿੱਚ ਤੇ ਜਾਪਾਨ ਦੇ ਵਿੱਚ ਹਰੇਕ ਜਿਹੜਾ ਹੈਗਾ ਓਨਰ ਕੁੱਤਾ ਜਿਹੜਾ ਰਪਾਲਦਾ ਕੁੱਤਾ ਰੱਖਦਾ ਉਸ ਨੂੰ ਆਪਣੇ ਕੁੱਤੇ ਦੀ ਲੈਟਰਨ ਖੁਦ ਚੱਕਣੀ ਪਏਗੀ ਬੇਟੇ ਤੁਹਾਡੇ ਕੁਐਸਚਨ ਨੰਬਰ 6 7 8 9 10 ਤੁਹਾਡੇ 10 ਕੁਐਸਚਨ ਨੇ ਹੁਣ ਤੁਹਾਡੇ ਦੋ ਕੁਐਸਚਨ ਰਹਿ ਗਏ ਨੇ ਉਹ ਵੀ ਮੈਂ ਤੁਹਾਨੂੰ ਹੁਣੇ ਕਰਾਉਣੀ ਆ ਕੁਐਸਚਨ ਨੰਬਰ 11 ਵਾਟ ਡੂ ਵੀ ਐਕਸਪੈਕਟ ਫਰਮ ਦਾ ਰੇਲਵੇਸ ਐਂਡ 에ਅਰਲਾਈਨਸ ਅਸੀਂ ਰੇਲਵੇ ਤੇ 에ਅਰਲਾਈਨਸ ਤੋਂ ਕੀ ਐਕਸਪੈਕਟ ਕਰਦੇ ਆ ਵੀ ਐਕਸਪੈਕਟ ਗੁੱਡ ਵਾਸ਼ਰੂਮਸ ਗੁੱਡ ਬਾਥਰੂਮਸ ਟਾਇਲਟਰੀਸ ਐਂਡ ਬੈਸਟ ਫੂਡ ਅਸੀਂ ਚਾਹੁੰਦੇ ਆ ਵਾਸ਼ਰੂਮ ਚੰਗੇ ਹੋਣ ਤੇ ਟਾਇਲਟ ਚੰਗੀ ਹੋਵੇ ਤੇ ਸਾਨੂੰ ਬੈਸਟ ਫੂਡ ਮਿਲੇ ਜਦੋਂ ਅਸੀਂ ਟਰੈਵਲ ਕਰਦੇ ਆ ਬਟ ਵੀ ਆਰ ਨਾਟ ਪਾਰਟ ਆਫ ਕਲੈਨਲੀਨੈਸ ਅਗਲਾ ਹੈ ਵਾਟ ਇਜ਼ आवर ਐਟੀਟਿਊਡ ਟੁਵਰਡਸ ਬਰਨਿੰਗ ਸੋਸ਼ਲ ਇਸ਼ੂਸ ਜਿਹੜੇ ਬਰਨਿੰਗ ਸੋਸ਼ਲ ਸਮਾਜਿਕ ਮੁੱਦੇ ਨੇ ਉਹਨਾਂ ਤੇ ਸਾਡਾ ਕੀ ਵਿਚਾਰ ਹੈ ਇਨ ਥਿਸ ਮੈਟਰ ਵੀ ਆਰ ਸ਼ੋਈ ਅਸੀਂ ਬੜੇ ਸ਼ੋਈ ਆ ਇਹਨਾਂ ਗੱਲਾਂ ਚ ਅਸੀਂ ਖਾਵਾ ਬਹੁਤ ਕਰਦੇ ਆ ਵੀ ਸ਼ੋ ਗ੍ਰੇਟ ਕਨਸਰਨ ਐਂਡ ਮੇਕ ਇਟ ਪਬਲਿਕ ਇਨ ਪ੍ਰੋਟੈਸਟ ਇਨ ਪਬਲਿਕ ਅਸੀਂ ਜਨਤਕ ਤੌਰ ਤੇ ਇਹਦਾ ਪ੍ਰੋਟੈਸਟ ਕਰਦੇ ਆ ਅਸੀਂ ਬਹੁਤ ਸ਼ੋਈ ਆ ਅਸੀਂ ਬਹੁਤ ਹਿੱਤਦਸਤੇ ਆ ਬਟ ਅਸੀਂ ਆਪਣੇ ਆਪ ਤੋਂ ਆਪਣੇ ਸੈਲਫ ਇਨਟਰੋਸਪੈਕਸ਼ਨ ਚ ਫੇਲ ਆ ਅਸੀਂ ਆਪਣੇ ਤੋਂ ਗੱਲ ਸ਼ੁਰੂ ਨਹੀਂ ਕਰਦੇ ਬੇਟੇ ਤੁਹਾਡਾ 5th ਚੈਪਟਰ ਸਿਗਾ ਇਹ ਪ੍ਰੈਜ਼ੀਡੈਂਟ ਸਪੀਕਸ ਰਾਸ਼ਟਰਪਤੀ ਕਹਿੰਦੇ ਹਨ ਇਹ ਪਾਰਟ ਸੀ ਤੁਹਾਡਾ ਮੇਰਾ ਖਿਆਲ ਹੈ ਕਿ ਤੁਹਾਡਾ ਇਹ ਪਾਰਟ ਬਹੁਤ ਵਧੀਆ ਤਰ੍ਹਾਂ ਨਾਲ ਹੋ ਗਿਆ ਹੋਵੇਗਾ ਤੇ ਪਲੀਜ਼ ਮੈਨੂੰ ਆਪਣੀ ਫੀਡਬੈਕ ਜਿਹੜੀ ਹੈ ਜਰੂਰ ਕਮੈਂਟਸ ਦੇ ਵਿੱਚ ਦੇਣਾ ਐਂਡ ਸਬਸਕ੍ਰਾਈਬ ਮਾਈ ਚੈਨਲ ਸੋ ਥੈਟ ਯੂ ਵਿਲ ਗੈਟ ਮਾਈ ਵੀਡੀਓ ਫਰਸਟ ਥੈਂਕ ਯੂ ਥੈਂਕ ਯੂ ਵੈਰੀ ਮਚ